ਤੇ ਹੁਣ ਗੱਲ ਨਵੀਂ ਆਪਕਾਰੀ ਨੀਤੀ ਦੀ ਕਰ ਲੈਂਦੇ ਆ ਜਿਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੈ ਤੇ ਦੱਸਿਆ ਜਾ ਰਿਹਾ ਹੈ ਪਟੀਸ਼ਨ ਦੇ ਵਿੱਚ ਕਿ ਇਸ ਨੀਤੀ ਨੂੰ ਕੁਝ ਕੋ ਲੋਕਾਂ ਦੇ ਲਈ ਲਾਹੇਵੰਦ ਮੰਨਦੇ ਆ ਸੋ ਇਸ ਨੀਤੀ ਨੂੰ ਕੁਝ ਕੋ ਲੋਕਾਂ ਦੇ ਲਈ ਲਾਹੇਵੰਦ ਦੱਸਦਿਆਂ ਹੋਇਆਂ ਇਸ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਹੁਣ ਇਸ ਨਵੀਂ ਆਪਕਾਰੀ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ ਪੰਜਾਬ ਸਰਕਾਰ ਵੀ ਆਪਣਾ ਪੱਖ ਰੱਖਦੀ ਹੋਈ ਨਜ਼ਰ ਆਈ ਲਿਕਰ ਪਾਲਿਸੀ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ ਤੇ ਲਿਕਰ ਪਾਲਿਸੀ ਨੂੰ ਲੈ ਕੇ ਜਿੱਥੇ ਸਰਕਾਰ ਆਪਣੀ ਪਿੱਠ ਥਾਪੜਦੀ ਹੈ ਤਾਂ ਉੱਥੇ ਹੀ ਵਿਰੋਧੀ ਇਸ ਤੇ ਸਵਾਲ ਚੁੱਕਦੇ ਨੇ